ਦੋਸਤੋ ਗੱਲਬਾਤ ਕਰਨ ਲੱਗੀ ਹੈਗੀ ਆ। ਮੇਲੇ ਬੜੇ ਲੱਗਦੇ ਨੇ, ਮੇਲੇ ਲੱਗਦੇ ਨੇ, ਦੁਸਹਿਰੇ ਦਾ ਮੇਲਾ ਹੋ ਗਿਆ, ਇਵੈਂਟਸ ਹੁੰਦੀਆਂ ਨੇ, ਫੈਸਟੀਵਲ ਹੁੰਦੇ ਨੇ। ਇਹ ਜਿਹੜੇ ਮੇਲੇ ਹੈਗੇ ਆ, ਆਪਣੇ ਜਿਹੜੇ ਸਮਾਜ ਦੇ ਸੱਜਣ ਲੋਕ ਹੁੰਦੇ ਨੇ ਮਿਲ ਕੇ, ਜਿਹੜੇ ਚੌਧਰੀ ਹੁੰਦੇ ਨੇ ਆਪਣੇ ਸਮਾਜ 'ਚ ਪੈਸੇ ਇਕੱਠੇ ਕਰਕੇ ਅੱਗੇ ਲੱਗ ਕੇ ਇਹ ਸਾਰੇ ਪ੍ਰੋਗਰਾਮ ਕਰਦੇ ਨੇ। ਅਤੇ ਹੁਣ ਜਿਹੜੇ ਦੁਸਹਿਰੇ ਮੇਲੇ ਲੱਗਦੇ ਨੇ, ਅੱਜ ਤਾਂ ਅੱਜ ਕੱਲ੍ਹ ਤਾਂ ਮੌਸਮ ਆ ਨਾ, ਅੱਜ ਕੱਲ੍ਹ ਦਾ ਸੀਜ਼ਨ ਹੈਗਾ ਜੀ, ਅੱਜ ਕੱਲ੍ਹ ਤਾਂ ਤਿਉਹਾਰਾਂ ਦੇ ਦਿਨ ਹੈਗੇ ਆ। ਅਤੇ ਆਹ ਜਿਹੜੇ ਪ੍ਰਧਾਨ ਜਿੰਨੇ ਵੀ ਹੁੰਦੇ ਹੈਗੇ ਆ, ਇਹ ਪ੍ਰਧਾਨ ਜੀ ਦੇ ਭੁੱਖੇ ਹੁੰਦੇ ਹੈਗੇ ਆ, ਯਾਨੀ ਕਿ ਪ੍ਰਧਾਨ ਜੀ ਦਾ ਕਹਿਣ ਦਾ ਮਤਲਬ ਵੀ ਸਾਨੂੰ ਲੋਕ ਦੇਖਣ, ਕਿਉਂਕਿ ਹੋਰ ਇਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਫੇਮਸ ਹੋਣ ਦੇ ਲਈ, ਕਿਉਂਕਿ ਇਹ ਸਭ ਤੋਂ ਸੌਖਾ ਤਰੀਕਾ ਹੁੰਦਾ ਵਾ ਮੰਦਰਾਂ ਦੇ ਪ੍ਰਧਾਨ ਬਣ ਜਾਣਾ, ਧਾਰਮਿਕ ਸਥਾਨਾਂ ਦੇ ਪ੍ਰਧਾਨ ਬਣ ਜਾਣਾ, ਜਾਂ ਕੋਈ ਕੀਰਤਨ ਕਰਾ ਦੇਣੇ ਇੱਧਰੋਂ, ਕੋਈ ਪ੍ਰੋਗਰਾਮ ਕਰਾ ਦੇਣੇ। ਛੋਟੇ ਛੋਟੇ ਜਿਹੜੇ ਹੁੰਦੇ ਹੈਗੇ ਆ, ਚਾਰ ਲਾੜੇ ਲੋਕ ਇਹਨਾਂ ਨੂੰ ਜਾਂਦੇ ਹੁੰਦੇ ਆ, ਉਹਨਾਂ ਕੋਲ ਪੈਸੇ ਲੈ ਲੈਂਦੇ ਹੈਗੇ ਆ, ਅਤੇ ਫਿਰ ਆਪਣੇ ਨਾਮ ਨੂੰ ਚਮਕਾਉਣ ਦੇ ਲਈ ਯਾਨੀ ਕਿ ਇਹ ਕਰਦੇ ਨੇ। ਇਹ ਇੱਦਾਂ ਦੇ ਬੰਦੇ ਚਾਹੀਦੇ ਵੀ ਹੈਗੇ ਸਮਾਜ ਦੇ ਵਿੱਚ, ਜਿਹਨੂੰ ਭੁੱਖ ਹੋਵੇ, ਅਸੀਂ ਸਾਨੂੰ ਲੋਕ ਦੇਖਣ, ਸਾਡੇ ਨਾਲ ਵੱਡਾ ਅਫਸਰ ਆ ਕੇ ਸਾਡੇ ਫੋਟੋ ਖਿਚਾਉਣ, ਕਿਉਂਕਿ ਜਿਹੜੀ ਦੁਸਹਿਰਾ ਮੇਲਾ ਹੁੰਦਾ ਵਾ ਉਹ ਦਿਨ ਫਿਰ ਇਹਨਾਂ ਨੇ ਬੜੇ ਬੜੇ IPS ਅਫਸਰ, IAS ਅਫਸਰ, PCS ਅਫਸਰ, PPS ਅਫਸਰ, ਹੋਰ ਜਿਹੜੇ ਹੁੰਦੇ ਕਮਿਸ਼ਨਰ ਵਗੈਰਾ ਸਾਰੇ ਸੱਦੇ ਹੁੰਦੇ ਨੇ, ਫਿਰ ਉਹਨਾਂ ਨਾਲ ਫੋਟੋ ਖਿਚਾਉਂਦੇ ਹੈਗੇ, ਇਹ ਇੱਦਾਂ ਫੋਟੋ ਖਿਚਾਉਂਦੇ ਹੈਗੇ ਆ, ਫਿਰ ਫੋਟੋ ਦਿਖਾਉਂਦੇ ਆ ਵੀ ਅਸੀਂ ਐਡੇ ਐਡੇ ਵੱਡੇ ਬੰਦੇ ਨਾਲ ਲਿੰਕ ਰੱਖਦੇ ਹੈਗੇ ਹਾਂ, ਹੈਂ ਲਿੰਕ ਰੱਖਦੇ ਹੋ ਨਾ ਤੁਸੀਂ। ਅਤੇ ਫਿਰ ਇਹਨਾਂ ਦੇ ਪ੍ਰਧਾਨ ਜੀ ਟੰਗਾ ਵੀ ਖਿੱਚਦੇ ਨੇ, ਇਹ ਵੀ ਤੁਹਾਡਾ ਧਾਰਮਿਕ ਪ੍ਰੋਗਰਾਮ ਹੈ, ਇਹ ਰਾਮ ਦੀ ਤੁਸੀਂ ਲੀਲਾ ਕਰਨੀ ਆ, ਕੰਮ ਤੁਸੀਂ ਰਾਵਣ ਦਾ ਵੀ ਭੈੜੇ ਕਰਦੇ ਪਏ ਹੈਗੇ ਉਹ, ਹੈਂ ਬੱਚਿਆਂ ਨੇ ਉੱਥੇ ਆਉਣਾ ਹੈਗਾ ਵਾ, ਦੁਕਾਨਦਾਰੀਆਂ ਲੋਕਾਂ ਦੀਆਂ ਬਣੀਆਂ ਹੋਈਆਂ ਨੇ, ਠੇਕੇ 'ਤੇ ਦੇ ਦੇਣਾ ਵੀ ਇੰਨਾ ਠੇਕਾ ਆ ਗਿਆ ਜੀ, ਇੰਨਾ ਆ ਗਿਆ, ਪੈਸੇ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ। ਉਹ ਜਿਹੜੇ ਇਮਾਨਦਾਰ ਜਾਂ ਕੋਈ ਜਿਹੜੇ ਸਿਰਫ ਚੌਧੇ ਦੇ ਭੁੱਖੇ ਹੁੰਦੇ ਆ ਪ੍ਰਧਾਨ, ਉਹ ਆਪਣੇ ਪੱਲੋਂ ਲਾ ਦਿੰਦੇ ਹੈਗੇ ਆ, ਜਿਹੜੇ ਖਾਊ ਵੀ ਜਿਹੜੇ ਹੁੰਦੇ ਹੈਗੇ ਆ ਉਹ ਆਪਣਾ ਡਕਾਰ ਜਾਂਦੇ ਹੈਗੇ ਆ। ਵੱਡੀਆਂ ਗੇਮਾਂ ਬਣ ਗਈਆਂ ਨੇ ਅੱਜ ਕੱਲ੍ਹ, ਜਿੰਨੇ ਵੀ ਹੈਗੇ ਨਾ ਮੇਲੇ ਮੂਲੇ ਲੱਗਦੇ ਹੈਗੇ ਆ, ਪਹਿਲਾਂ ਇਹਨਾਂ ਦੇ ਪ੍ਰਧਾਨਾਂ ਨੂੰ ਦੇਖੋ ਤੁਸੀਂ, ਫਿਰ ਉਹਨਾਂ ਦੇ ਜਿਹੜੇ ਮੈਂਬਰ ਵਗੈਰਾ ਹੈਗੇ ਆ, ਫਿਰ ਖਾਣਾ ਪੀਣਾ ਕਿੱਦਾਂ ਹੁੰਦਾ ਵਾ, ਸਟੇਜਾਂ 'ਤੇ ਕਿਵੇਂ ਬਹਿੰਦੇ ਨੇ, ਇਹ ਕੀ ਕਰਦੇ ਨੇ, ਕੌਣ ਨੇ, ਇਹ ਸਾਰਾ ਤੁਹਾਨੂੰ ਧਿਆਨ ਰੱਖਣਾ ਪਊਗਾ। ਪਹਿਲੇ ਤਾਂ ਇਹਨਾਂ ਨੂੰ ਦੋਸਤ ਕਰ ਲਓ ਤੁਸੀਂ, ਇਹ ਸਰਕਾਰ ਤਾਂ ਨਹੀਂ, ਇਹ ਤਾਂ ਆਮ ਲੋਕ ਨੇ, ਗਲੀ ਮੁਹੱਲੇ ਦੇ ਪ੍ਰਧਾਨ ਨੇ, ਇਹਨਾਂ ਨੇ ਬੇੜਾ ਗਰਕ ਕੀਤਾ ਹੋਇਆ ਸਾਰੇ ਸਮਾਜ ਦਾ, ਜਿਹੜੇ ਚੌਧਰ ਦੇ ਭੁੱਖੇ ਨੇ, ਇਹ ਫੰਕਸ਼ਨ ਵਗੈਰਾ ਕਰਾਉਂਦੇ ਰਹਿੰਦੇ ਨੇ, ਧਰਮ ਦੇ ਨਾਂ 'ਤੇ ਪੈਸੇ ਇਕੱਠੇ ਕਰਦੇ ਨੇ ਸਾਰੇ ਲੋਕ, ਉਹ ਧਰਮ ਦੇ ਨਾਂ 'ਤੇ ਲੋਕ ਦੇ ਵੀ ਦਿੰਦੇ ਨੇ ਪੈਸੇ। ਜਾਤੀ ਧਰਮ ਦੇ ਨਾਂ 'ਤੇ ਅਸੀਂ ਕੰਮ ਕਰਨੇ ਬੰਦ ਨਹੀਂ ਕਰਾਂਗੇ, ਇਨਸਾਨੀਅਤ ਦੇ ਨਾਤੇ, ਇਨਸਾਨੀਅਤ ਦੇ ਨਾਮ 'ਤੇ ਕੰਮ ਕਰਨਾ ਸ਼ੁਰੂ ਕਰਾਂਗੇ ਨਾ ਆਪਣੇ ਸਮਾਜ ਦੇ ਵਿੱਚ। ਹਿੰਦੂ ਜਿਹੜੇ ਹੈਗੇ ਆ, ਇਨਸਾਨੀਅਤ ਦੇ ਨਾਂ ਦੇ ਉੱਤੇ, ਮਾਨਵਤਾ ਦੇ ਨਾਂ 'ਤੇ ਜਦੋਂ ਕੰਮ ਕਰਨਾ ਸ਼ੁਰੂ ਕਰਨਗੇ, ਧਰਮ ਦੇ ਨਾਂ 'ਤੇ ਨਹੀਂ, ਤਾਂ ਹੀ ਇਹ ਸਮਾਜ ਦਾ ਭਲਾ ਹੋਣਾ ਹੋਊਗਾ। ਅਤੇ ਬਾਕੀ ਤਾਂ ਪ੍ਰਧਾਨਗੀ ਚਮਕਾਈ ਜਾਂਦੇ ਹੈਗੇ, ਰੱਬ ਦੇ ਨਾਂ 'ਤੇ ਡਰਾ ਡਰਾ ਕੇ ਪੈਸੇ ਲਈ ਜਾਂਦੇ ਪਏ ਨੇ, ਅਤੇ ਮੇਲੇ ਲਾਈ ਜਾਂਦੇ ਨੇ, ਅਤੇ ਫੋਟੋਆਂ ਖਿਚਾਈ ਜਾਂਦੇ ਨੇ, ਚਾਹ ਵੀ ਪੀਣੀ ਹੈ, ਅਤੇ ਨਾਲ ਬੜੇ ਬੜੇ ਯਾਨੀ ਕਿ ਇਹਨਾਂ ਦੇ ਜਿਹੜੇ ਹੁੰਦੇ ਹੈਗੇ ਆ ਮੇਲ ਮਿਲਾਪ ਜਿਹੜੇ ਹੁੰਦੇ ਹੈਗੇ ਆ, ਮੀਟਿੰਗਾਂ ਸੀਟਿੰਗਾਂ ਹੁੰਦੀਆਂ ਨੇ, ਲੋਕਾਂ ਨਾਲ ਲਿੰਕ ਬਣ ਜਾਂਦੇ ਆ, ਲਾਲੇ ਨਾਲ ਲਿੰਕ ਬਣ ਜਾਂਦੇ ਆ, ਅਫਸਰਾਂ ਨਾਲ ਲਿੰਕ ਬਣ ਜਾਂਦੇ ਹੈਗੇ ਆ, ਉਹ ਐਵੇਂ ਥੋੜ੍ਹੀ ਯਾਰ ਪ੍ਰਧਾਨਗੀਆਂ ਹੁੰਦੀਆਂ ਨੇ, ਹੈ ਪਰ ਜੇ ਠੇਕੇਦਾਰ ਹੁੰਦੇ ਹੈਗੇ ਆ 20 ਰੁਪਏ ਦਾ, 10 ਰੁਪਏ ਦਾ ਝੂਲਾ, 40-40 ਰੁਪਏ ਦੇਣਾ ਬੱਚਿਆਂ ਨੂੰ ਲੁੱਟਣਾ, ਉਹ ਕੰਜਕਾਂ ਹੁੰਦੀਆਂ ਨੇ ਨਰਾਤਿਆਂ ਦੇ ਦਿਨ ਵਿੱਚ, ਉਹ ਬੱਚੇ ਪੈਸੇ ਇਕੱਠੇ ਕਰਦੇ ਨੇ, ਉਹ ਝੂਟਿਆਂ ਨੂੰ ਦੇ ਦਿੰਦੇ ਨੇ, ਉਹ ਗਰੀਬ ਬੰਦਾ ਤਾਂ ਜਦ 500-700 ਰੁਪਇਆ 1000 ਰੁਪਇਆ, ਉਹ 3 ਨਿਆਣੇ ਉਹਦੇ, ਅਤੇ 1 ਦਿਨ ਜਾ ਪਾਊਗਾ ਮੇਲੇ ਦੇ ਵਿੱਚ, ਕਿਉਂਕਿ ਰੇਹੜੀ ਇਹਨਾਂ ਚੱਕ ਦਿੰਦੇ ਨੇ, ਜੇ ਧਰਮ ਦਾ ਕੰਮ ਕਰ ਰਹੇ ਹੋ ਨਾ ਰੱਬ ਤੋਂ ਡਰ ਰਹੇ, ਬੱਚਿਆਂ ਨੂੰ ਝੂਟੇ ਫ੍ਰੀ ਦਿਓ, ਫ੍ਰੀ ਹੋਣਾ ਚਾਹੀਦਾ ਉੱਥੇ, ਜਿੱਦਾਂ ਲੰਗਰ ਵੀ ਫ੍ਰੀ ਲਾਉਂਦੇ, ਝੂਟੇ ਵਗੈਰਾ ਬੱਚਿਆਂ ਨੂੰ 2000, ਐਂ ਦੁਕਾਨਦਾਰੀਆਂ ਬਣਾਈ ਹੋਈਆਂ, ਆਪਣੀ ਆਪਣੀ ਫੋਟੋ ਖਿਚਾਈ ਜਾਂਦੇ ਉੱਤੇ ਚੜ੍ਹ ਕੇ, ਤੁਸੀਂ ਅਫਸਰ ਨਾਲ ਫੋਟੋ ਖਿਚਾਈ ਜਾਂਦੇ ਪਏ ਹੋ, ਲੋਕਾਂ ਕੋਲ ਪੈਸੇ ਇਕੱਠੇ ਕਰੀ ਜਾਂਦੇ ਪਏ ਹੋ,
ਉਹ ਲੋਕੋ ਜਾਗ ਜਾਓ ਇਹਨੂੰ ਦੇਖੋ ਕੌਣ ਨੇ ਇਹ।